ਹਾਂਜੀ, ਅੱਜ ਦੀ ਵੀਡੀਓ 'ਚ ਆਪਾਂ ਕਰਾਂਗੇ ਉੱਤਲ ਲੈਂਜ ਨਾਲ ਬਣੇ ਪਰਤੇ, ਯਾਨੀ ਕਿ ਕਨਵੈਕਸ ਲੈਂਜ ਨਾਲ ਜਿੰਨੇ ਵੀ ਪਰਤੇ ਬਣਦੇ ਨੇ, ਜਿੰਨੀ ਵੀ ਇਮੇਜਿਸ ਬਣਦੀਆਂ ਨੇ, ਉਹਨਾਂ ਸਾਰਿਆਂ ਨੂੰ ਆਪਾਂ ਇੱਕ ਟ੍ਰਿਕ ਦੇ ਨਾਲ ਯਾਦ ਕਰਾਂਗੇ। ਅਤੇ ਇਸ ਤੋਂ ਪਹਿਲਾਂ ਅਵਤਲ ਲੈਂਜ, ਉੱਤਲ ਦਰਪਣ ਅਤੇ ਅਵਤਲ ਦਰਪਣ। ਅਵਤਲ ਲੈਂਜ ਨਾਲ ਜਿੰਨੇ ਵੀ ਇਮੇਜਿਸ ਬਣਦੀਆਂ ਨੇ, ਉਹਨਾਂ ਸਾਰਿਆਂ ਨੂੰ ਆਪਾਂ ਟ੍ਰਿਕ ਦੇ ਨਾਲ ਯਾਦ ਕੀਤਾ ਹੋਇਆ। ਉੱਤਲ ਦਰਪਣ ਨਾਲ ਵੀ ਜਿੰਨੇ ਵੀ ਇਮੇਜਿਸ ਬਣਦੀਆਂ ਨੇ, ਉਹਨਾਂ ਨੂੰ ਵੀ ਟ੍ਰਿਕ ਦੇ ਨਾਲ ਯਾਦ ਕੀਤਾ ਹੋਇਆ। ਅਤੇ ਅਵਤਲ ਦਰਪਣ ਨਾਲ ਵੀ ਜਿੰਨੇ ਵੀ ਇਮੇਜਿਸ ਬਣਦੀਆਂ ਨੇ, ਉਹਨਾਂ ਨੂੰ ਵੀ ਆਪਾਂ ਇੱਕ ਟ੍ਰਿਕ ਦੇ ਨਾਲ ਯਾਦ ਕੀਤਾ ਹੋਇਆ। ਜੇਕਰ ਤੁਸੀਂ ਇਹ ਤਿੰਨੋਂ ਵੀਡੀਓ ਨਹੀਂ ਵੇਖੀਆਂ ਤਾਂ ਅੱਜ ਦੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬੋਕਸ 'ਚ ਤੁਹਾਨੂੰ ਉਸਦਾ ਲਿੰਕ ਮਿਲ ਜਾਏਗਾ, ਉੱਥੋਂ ਜਾ ਕੇ ਤੁਸੀਂ ਇਹ ਵੀਡੀਓ ਜ਼ਰੂਰ ਵੇਖਣੇ ਨੇ। ਅਤੇ ਜੇਕਰ ਤੁਸੀਂ ਇਹ ਚਾਰੋਂ ਵੀਡੀਓ ਵੇਖ ਲੈਂਦੇ ਹੋ ਤਾਂ ਐਗਜ਼ਾਮ ਵਿੱਚ ਤੁਹਾਡਾ ਇੱਕ ਨੰਬਰ ਆ ਜਿਹੜਾ ਪੱਕਾ ਹੋ ਜਾਏਗਾ, ਕਿਉਂਕਿ ਐਗਜ਼ਾਮ ਵਿੱਚ ਇਹਨਾਂ ਤੋਂ ਜ਼ਰੂਰ ਕੁਸ਼ਚਨ ਪੁੱਛਿਆ ਜਾਂਦਾ ਹੈ। ਲੈਂਜ ਅਤੇ ਮਿਰਰ ਤੋਂ ਰਿਲੇਟਡ ਕੁਸ਼ਚਨ ਜ਼ਰੂਰ ਤੁਹਾਨੂੰ ਐਗਜ਼ਾਮ ਵਿੱਚ ਵੇਖਣ ਨੂੰ ਮਿਲੇਗਾ। ਨਾਲੇ ਜਿਹੜੀ ਆਪਾਂ ਇੱਕ ਸੀਰੀਜ਼ ਸਟਾਰਟ ਕਰ ਰੱਖੀ ਸੀ ਸਾਇੰਸ ਦੇ ਚੈਪਟਰ ਵਾਈਜ਼ ਵੀਡੀਓ ਦੀ, ਉਹਦੀ ਵੀ ਸੱਤਵਾਂ ਚੈਪਟਰ ਜਿਹੜਾ ਬਹੁਤ ਜਲਦ ਮੈਂ ਤੁਹਾਡੇ ਅੱਗੇ ਲੈ ਕੇ ਆਵਾਂਗਾ। ਹਾਂਜੀ, ਅੱਜ ਦੀ ਵੀਡੀਓ ਜਿਹੜੀ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈਗੀ ਹੈ, ਜੇਕਰ ਤੁਸੀਂ ਸਾਡੇ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਅੱਗੇ ਸ਼ੇਅਰ ਕਰਿਓ, ਕਿਉਂਕਿ ਜੇਕਰ ਤੁਸੀਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋਗੇ ਤਾਂ ਮੇਰਾ ਕੀ ਹੈ ਜੀ, ਉਨਾ ਹੀ ਕੌਨਫੀਡੈਂਸ ਵੱਧਦਾ ਹੈ ਅਤੇ ਉਨੀ ਜਲਦੀ ਮੈਂ ਤੁਹਾਡੇ ਅੱਗੇ ਵੀਡੀਓ ਲੈ ਕੇ ਆਉਂਦਾ ਅਤੇ ਤੁਹਾਡੇ ਇੱਕ ਇੱਕ ਲਾਈਕ ਦੇ ਨਾਲ ਜਾ ਕੇ ਮੇਰਾ ਹੌਸਲਾ ਜਿਹੜਾ ਵੱਧਦਾ ਰਹਿੰਦਾ। ਹਾਂਜੀ, ਤੁਸੀਂ ਸਪੋਰਟ ਕਰਨੀ ਹੈ ਵੱਧ ਤੋਂ ਵੱਧ ਤਾਂ ਜੋ ਮੈਂ ਤੁਹਾਡੇ ਅੱਗੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਲੈ ਕੇ ਆਵਾਂ। ਹਾਂਜੀ, ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਹਾਂਜੀ, ਉੱਤਰ ਲੈਣ ਦੇ ਕੇਸ ਵਿੱਚ ਟੋਟਲ 6 ਕੇਸ ਬਣਨਗੇ, 6 ਇਮੇਜਿਸ ਬਣਨਗੀਆਂ, 6 ਪੋਜੀਸ਼ਨ 'ਤੇ ਆਪਾਂ ਜਿਹੜੀ ਵਸਤੂ ਨੂੰ ਰੱਖ ਸਕਦੇ ਹਾਂ। ਅਤੇ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ 2 ਪੁਆਇੰਟ ਜਿਹੜੇ ਯਾਦ ਰੱਖਣੇ ਆ, ਜੇਕਰ ਪ੍ਰਤੀਬਿੰਬ ਕੀ ਹੋਵੇ, ਜੇਕਰ ਪ੍ਰਤੀਬਿੰਬ ਆਭਾਸੀ ਹੋਵੇ ਤਾਂ ਉਹ ਕੀ ਬਣੇਗਾ ਜੀ, ਸਿੱਧਾ। ਅਤੇ ਜੇਕਰ ਪ੍ਰਤੀਬਿੰਬ ਕੀ ਹੋਵੇ, ਵਾਸਤਵਿਕ ਤਾਂ ਉਹ ਕੀ ਬਣੇਗਾ ਜੀ, ਉਲਟਾ। ਇਹ 2 ਪੁਆਇੰਟ ਤੁਸੀਂ ਯਾਦ ਰੱਖਣੇ ਹੈ ਕਿ ਜੇਕਰ ਪ੍ਰਤੀਬਿੰਬ ਆਭਾਸੀ ਹੋਵੇ, ਦਿੱਤਾ ਹੋਵੇ ਜੇਕਰ ਪ੍ਰਤੀਬਿੰਬ ਆਭਾਸੀ ਹੋਵੇ ਤਾਂ ਜਿਹੜੀ ਉਹਦੀ ਇਮੇਜ ਕੀ ਬਣੇਗੀ, ਸਿੱਧੀ ਬਣੇਗੀ। ਜੇਕਰ ਉਹ ਕੀ ਹੋਵੇ, ਵਾਸਤਵਿਕ ਤਾਂ ਕੀ ਹੈ, ਇਮੇਜ ਕਿਹੜੀ ਬਣੇਗੀ, ਉਲਟੀ। ਇਹਨਾਂ ਨੂੰ ਆਪਾਂ ਯਾਦ ਕਿਵੇਂ ਕਰਨਾ, ਇੱਕ ਟ੍ਰਿਕ ਬਣਾਈ ਸੀ ਆਪਾਂ। ਟ੍ਰਿਕ ਕੀ ਸੀ, 80-20 ਉਲਟੇ। ਇਹ ਆਪਣੀ ਟ੍ਰਿਕ ਹੈਗੀ ਸੀ 80-20 ਉਲਟੇ, ਐੜਾ ਤੋਂ ਆਭਾਸੀ। ਜੇਕਰ ਆਭਾਸੀ ਹੋਵੇਗਾ ਤਾਂ ਕੀ ਹੋਵੇਗਾ, ਸਿੱਧਾ। 20 ਤੋਂ ਵਾਸਤਵਿਕ, ਜੇਕਰ ਵਾਸਤਵਿਕ ਹੋਵੇਗਾ ਤਾਂ ਕੀ ਹੋਵੇਗਾ ਜੀ, ਉਲਟਾ। ਇਸ ਟ੍ਰਿਕ ਤੋਂ ਤੁਸੀਂ ਯਾਦ ਰੱਖਣਾ ਹੈ ਕਿ ਜੇਕਰ ਪ੍ਰਤੀਬਿੰਬ ਆਭਾਸੀ ਹੋਵੇ ਤਾਂ ਉਹ ਕੀ ਬਣੇਗਾ, ਸਿੱਧਾ, ਅਤੇ ਜੇਕਰ ਪ੍ਰਤੀਬਿੰਬ ਵਾਸਤਵਿਕ ਹੋਵੇ ਤਾਂ ਉਹ ਕੀ ਬਣੇਗਾ ਜੀ, ਉਲਟਾ। ਹਾਂਜੀ, ਸਟਾਰਟ ਕਰਦੇ ਹਾਂ। ਹਾਂਜੀ, ਟ੍ਰਿਕ ਕਰਨ ਤੋਂ ਪਹਿਲਾਂ ਇਹ ਪੁਆਇੰਟ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਆ ਹੁੰਦਾ ਜੀ ਪੁਆਇੰਟ ਓ, ਜਿਹਨੂੰ ਕਹਿੰਦੇ ਨੇ ਪ੍ਰਕਾਸ਼ਿਤ ਬਿੰਦੂ, ਪ੍ਰਕਾਸ਼ਿਤ ਬਿੰਦੂ। ਆ ਹੈਗਾ ਜੀ ਉੱਤਰ ਲੈਂਜ, ਇਹਨੂੰ ਕਹਿੰਦੇ ਨੇ ਫੋਕਸ, F1 ਫੋਕਸ 1। ਆ ਹੈਗਾ ਜੀ ਸੈਂਟਰ 1।
ਕੇਂਦਰ ਜਿਹਨੂੰ ਕਹਿੰਦੇ ਨੇ ਕੇਂਦਰ ਬਿੰਦੂ ਇਸ ਸਾਈਡ ਦਾ, ਅਤੇ ਇਹਨੂੰ ਕਹਿੰਦੇ ਨੇ ਅਨੰਤ ਬਿੰਦੂ, ਅਨੰਤ ਬਿੰਦੂ। ਇੱਧਰਲੀ ਸਾਈਡ ਜੇਕਰ ਗੱਲ ਕਰੀਏ ਤਾਂ ਆ ਹੈਗਾ ਜੀ ਫੋਕਸ ਟੂ, ਆ ਹੈਗਾ ਸੈਕਿੰਡ ਕੇਂਦਰ ਬਿੰਦੂ, ਯਾਨੀ ਕਿ ਇਸ ਸਾਈਡ ਦਾ ਕੇਂਦਰ ਬਿੰਦੂ ਆ ਕਿਵੇਂ ਬਣਿਆ ਜੀ। ਜੇਕਰ ਆਪਾਂ ਇਹਨਾਂ ਦੀ ਲੈਂਜ ਨੂੰ ਆਪਾਂ ਅੱਗੇ ਵਧਾਈਏ, ਜਿਵੇਂ ਇਸ ਸਾਈਡ ਦਾ ਲੈਂਜ ਹੈਗਾ ਇਹਨੂੰ ਇਸ ਤਰ੍ਹਾਂ ਜੇ ਅੱਗੇ ਵਧਾਵਾਂਗੇ ਤਾਂ ਇਸ ਤਰ੍ਹਾਂ ਪੂਰਾ ਗੋਲਾ ਬਣ ਜਾਏਗਾ, ਅਤੇ ਇਸ ਗੋਲੇ ਦਾ ਜਿਹੜਾ ਕਿ ਆ ਕੀ ਹੈ ਸੈਂਟਰ ਹੈਗਾ ਇਸ ਸਾਈਡ ਦਾ। ਇਸੇ ਤਰ੍ਹਾਂ ਇਸ ਨੂੰ ਆਪਾਂ ਜੇਕਰ ਇਸ ਤਰ੍ਹਾਂ ਅੱਗੇ ਵਧਾਈਏ ਤਾਂ ਆ ਕੇ ਇਧਰਲੀ ਸਾਈਡ ਦਾ ਸੈਂਟਰ, ਸੈਂਟਰ ਟੂ, ਅਤੇ ਆ ਹੈਗਾ ਜੀ ਅਨੰਤ ਬਿੰਦੂ, ਅਨੰਤ ਬਿੰਦੂ ਇਸ ਸਾਈਡ ਦਾ ਜੀ। ਹੁਣ ਗੱਲ ਕਰਦੇ ਹਾਂ ਕਿ ਵਸਤੂ ਦੀ ਪੋਜੀਸ਼ਨ ਕਿੱਥੇ ਕਿੱਥੇ ਹੋ ਸਕਦੀ ਜੀ। ਫਸਟ ਹੋਵੇਗੀ ਵਸਤੂ ਅਨੰਤ 'ਤੇ, ਇੱਥੇ ਮੈਂ ਇੱਕ ਨੰਬਰ ਪਾ ਦਿੰਦਾ ਜੀ, ਅਨੰਤ 'ਤੇ ਵਸਤੂ ਰੱਖੀ ਜਾ ਸਕਦੀ ਹੈ। ਸੈਕਿੰਡ ਹੋਵੇਗੀ ਸੈਂਟਰ ਤੋਂ ਪਰੇ, ਸੈਂਟਰ ਤੋਂ ਪਰੇ ਯਾਨੀ ਕਿ ਸੈਕਿੰਡ ਨੰਬਰ ਆਵੇਗਾ ਜੀ ਇੱਥੇ। ਆਹ ਤੁਸੀਂ ਗੱਲ ਯਾਦ ਰੱਖਣੀ ਹੈ ਕਿ ਆਹ ਪੋਜੀਸ਼ਨ ਜਿਹੜੀ ਇਨਫਿਨਿਟੀ ਅਤੇ ਸੈਂਟਰ ਦੇ ਵਿਚਕਾਰ ਨਹੀਂ ਹੈਗੀ, ਐਵੇਂ ਨਹੀਂ ਹੈਗਾ ਕਿ ਸੈਂਟਰ ਅਤੇ ਅਨੰਤ ਦੇ ਵਿਚਕਾਰ ਆਏਗਾ ਪੁਆਇੰਟ, ਕੀ ਹੈਗਾ ਦਿੱਤਾ ਹੋਵੇਗਾ ਸੈਂਟਰ ਤੋਂ ਪਰੇ, ਮਤਲਬ ਸੈਂਟਰ ਤੋਂ ਪਰੇ ਕਿੱਥੇ ਵੀ ਹੋ ਸਕਦਾ ਹੈ। ਇਨਫਿਨਿਟੀ ਪੁਆਇੰਟ ਦਾ ਆਪਾਂ ਨੂੰ ਐਗਜੈਕਟ ਪਤਾ ਨਹੀਂ ਕਿ ਇਨਫਿਨਿਟੀ ਪੁਆਇੰਟ ਇੱਥੇ ਹੀ ਹੋਵੇਗਾ ਜਾਂ ਫਿਰ ਇੱਥੇ ਹੋਵੇਗਾ ਜਾਂ ਫਿਰ ਇੱਥੇ ਹੋਵੇਗਾ, ਤਾਂ ਆਪਾਂ ਕੀ ਕਹਿਣਾ ਜੀ ਕਿ ਸੈਂਟਰ ਤੋਂ ਪਰੇ, ਸੈਂਟਰ ਤੋਂ ਪਰੇ ਹੀ ਤੁਹਾਡੇ ਕੋਲ ਪੁੱਛਿਆ ਜਾਵੇਗਾ ਕਿ ਜੇਕਰ ਵਸਤੂ ਸੈਂਟਰ ਤੋਂ ਪਰੇ ਪਈ ਹੈ ਤਾਂ ਆਹ ਹੋ ਜਾਏਗਾ ਸੈਕਿੰਡ ਪੁਆਇੰਟ। ਥਰਡ ਹੋ ਸਕਦੀ ਹੈ ਵਸਤੂ ਸੈਂਟਰ ਦੇ ਉੱਤੇ, ਇਹਨੂੰ ਆਪਾਂ ਦਿੱਤਾ ਥਰਡ ਪੁਆਇੰਟ। ਫੋਰਥ ਹੋਵੇਗਾ ਸੈਂਟਰ ਅਤੇ ਫੋਕਸ ਦੇ ਵਿਚਕਾਰ, ਆ ਹੈਗਾ ਜੀ ਫੋਰਥ ਪੁਆਇੰਟ। ਫਾਈਵ ਨੰਬਰ 'ਤੇ ਹੋਵੇਗੀ ਵਸਤੂ ਫੋਕਸ ਦੇ ਉੱਤੇ, ਇਹਨੂੰ ਦਿੱਤਾ ਆਪਾਂ ਪੰਜਵਾਂ ਨੰਬਰ। ਅਤੇ ਛੇਵੇਂ ਨੰਬਰ 'ਤੇ ਵਸਤੂ ਹੋਵੇਗੀ ਫੋਕਸ ਅਤੇ ਪੁਆਇੰਟ ਓ ਦੇ ਵਿਚਕਾਰ, ਇਹਨੂੰ ਦਿੱਤਾ ਆਪਾਂ ਸਿਕਸ ਨੰਬਰ। ਹੁਣ ਦੂਜੀ ਸਾਈਡ ਤੋਂ ਸਟਾਰਟ ਕਰਨਾ ਤੁਸੀਂ, ਐਫ ਟੂ ਦੇ ਥੱਲੇ ਇੱਕ ਨੰਬਰ ਪਾਉਣਾ ਫਸਟ ਪੋਜੀਸ਼ਨ, ਅਤੇ ਐਫ ਟੂ 'ਤੇ ਸੈਂਟਰ ਟੂ ਦੇ ਵਿਚਕਾਰ ਦੋ ਨੰਬਰ, ਸੈਂਟਰ ਟੂ 'ਤੇ ਤਿੰਨ ਨੰਬਰ, ਅਤੇ ਸੈਂਟਰ ਤੋਂ ਪਰੇ ਅਤੇ ਇਨਫਿਨਿਟੀ ਦੇ ਜਿਹੜੇ ਵਿਚਕਾਰ ਹੋ ਗਏ ਚਾਰ ਨੰਬਰ, ਅਤੇ ਪੰਜ ਨੰਬਰ ਹੋ ਜਾਏਗਾ ਜੀ ਇਨਫਿਨਿਟੀ ਦੇ। ਅਤੇ ਛੇਵਾਂ ਨੰਬਰ ਇੱਕ ਵਾਰ ਤੁਸੀਂ ਮਾਇੰਡ 'ਚ ਰੱਖਣਾ ਹਾਂਜੀ। ਹੁਣ ਆਪਾਂ ਕੇਸ ਬਣਾ ਲੈਂਦੇ ਹਾਂ, ਇੱਥੇ ਲਿਖ ਲੈਂਦੇ ਹਾਂ ਵਸਤੂ ਦੀ ਸਥਿਤੀ, ਵਸਤੂ ਦੀ ਸਥਿਤੀ ਸੈਕਿੰਡ ਹੋਵੇਗਾ ਜੀ ਪ੍ਰਤੀਬਿੰਬ ਦੀ ਸਥਿਤੀ, ਥਰਡ ਹੋਵੇਗਾ ਆਕਾਰ, ਫੋਰਥ ਹੋਵੇਗਾ ਪ੍ਰਕਿਰਤੀ ਯਾਨੀ ਕਿ ਉਸਦਾ ਨੇਚਰ ਕਿਹੋ ਜਿਹਾ ਜੀ। ਜੇਕਰ ਫਸਟ ਕੇਸ ਪੁੱਛਿਆ ਜਾਵੇ ਕਿ ਜੇਕਰ ਵਸਤੂ ਅਨੰਤ 'ਤੇ ਪਈ ਹੈ, ਜੇਕਰ ਵਸਤੂ ਅਨੰਤ 'ਤੇ ਹੋਵੇਗੀ, ਹੁਣ ਤੁਸੀਂ ਵੇਖੋ ਇੱਕ ਨੰਬਰ ਨੂੰ ਇੱਕ ਨੰਬਰ ਨਾਲ ਮਿਲਾਓ ਕਿ ਜੇਕਰ ਵਸਤੂ ਅਨੰਤ 'ਤੇ ਪਈ ਹੈ ਤਾਂ ਉਹਦਾ ਪ੍ਰਤੀਬਿੰਬ ਕਿੱਥੇ ਬਣੇਗਾ ਜੀ ਐਫ ਟੂ 'ਤੇ, ਪ੍ਰਤੀਬਿੰਬ ਦੀ ਸਥਿਤੀ ਕੀ ਹੋਵੇਗੀ ਐਫ ਟੂ, ਅਤੇ ਆਕਾਰ ਕੀ ਹੋਵੇਗਾ ਬਹੁਤ ਛੋਟਾ, ਬਹੁਤ ਛੋਟਾ ਯਾਨੀ ਕਿ ਡੋਟ ਦੇ ਬਰਾਬਰ, ਇੱਕ ਡੋਟ ਦੀ ਤਰ੍ਹਾਂ ਬਹੁਤ ਛੋਟਾ ਕੀ ਹੋਵੇਗਾ। ਇਸ ਸਾਈਡ ਚੱਲਾਂਗੇ ਤਾਂ ਆਪਾਂ ਕੀ ਹੈ ਜਿਹੜਾ ਸਾਈਜ਼ ਹੈ ਉਹ ਇਨਕਰੀਜ਼ ਹੁੰਦਾ ਜਾਵੇਗਾ, ਆਕਾਰ ਕੀ ਹੋ ਜਾਏਗਾ ਬਹੁਤ ਛੋਟਾ। ਅਤੇ ਪ੍ਰਕਿਰਤੀ ਦੀ ਗੱਲ ਕਰੀਏ ਤਾਂ ਪ੍ਰਕਿਰਤੀ ਕੀ ਬਣ ਰਹੀ ਹੈ ਉਲਟ ਬਣ ਰਹੀ ਹੈ, ਉਲਟ ਮਤਲਬ ਵਾਸਤਵਿਕ, ਵਾਸਤਵਿਕ ਅਤੇ
ਉਲਟੀ। ਆਪਾਂ ਟ੍ਰਿਕ ਦੇ ਨਾਲ ਯਾਦ ਕੀਤਾ ਸੀ ਕਿ ਅਸੀਂ ਵੀ ਉਲਟੇ, ਤਾਂ ਵਾਸਤਵਿਕ ਦੇ ਨਾਲ ਕੀ ਲੱਗਦਾ ਜੀ? ਉਲਟਾ, ਕਿਉਂਕਿ ਤੁਸੀਂ ਵੇਖ ਰਹੇ ਹੋ ਕੀ ਬਣ ਰਹੀ ਹੈ, ਉਲਟੀ ਬਣ ਰਹੀ ਹੈ ਇਮੇਜ, ਤਾਂ ਕੀ ਹੋ ਜਾਏਗੀ? ਵਾਸਤਵਿਕ ਤੇ ਉਲਟੀ। ਸੈਕਿੰਡ ਕੇਸ ਵੇਖਦੇ ਹਾਂ, ਸੈਕਿੰਡ ਕੇਸ ਕੀ ਹੈ? ਜੇਕਰ ਵਸਤੂ C1 ਤੋਂ ਪਰੇ ਹੋਏ, C1 ਤੋਂ ਪਰੇ ਜਾਂ ਫਿਰ ਦੂਰ। ਹਾਂਜੀ, ਸੈਕਿੰਡ ਕੇਸ ਹੈਗਾ C1 ਤੋਂ ਪਰੇ। ਹੁਣ 2 ਨੰਬਰ ਨੂੰ 2 ਨੰਬਰ ਨਾਲ ਮਿਲਾਈਏ ਤਾਂ ਵਸ ਜਿਹੜੀ ਪ੍ਰਤੀਬਿੰਬ ਦੀ ਸਥਿਤੀ ਕਿੱਥੇ ਬਣੇਗੀ? F2 ਤੇ C2 ਦੇ ਵਿਚਕਾਰ, F2 ਤੇ C2 ਦੇ ਵਿਚਕਾਰ, ਤੇ ਸਾਈਜ਼ ਕੀ ਹੋਵੇਗਾ? ਛੋਟਾ। ਸਾਈਜ਼ ਕੀ ਹੋ ਜਾਏਗਾ ਜੀ? ਛੋਟਾ। ਤੇ ਪ੍ਰਕਿਰਤੀ ਕੀ ਹੋਏਗੀ? ਵਾਸਤਵਿਕ ਤੇ ਉਲਟੀ, ਆ ਸੇਮ ਚੱਲਣਾ ਜੀ। ਥਰਡ ਕੇਸ ਵੇਖਦੇ ਹਾਂ, ਥਰਡ 'ਚ ਕੀ ਹੋਏਗਾ? ਵਸਤੂ ਕਿੱਥੇ ਰੱਖੀ ਹੋਵੇਗੀ? ਸੈਂਟਰ ਦੇ ਉੱਤੇ, C1 ਤੇ। ਜੇਕਰ ਵਸਤੂ C1 ਦੇ ਉੱਤੇ ਪਈ ਹੋਵੇਗੀ ਤਾਂ ਥਰਡ ਨੰਬਰ ਨੂੰ ਆਪਾਂ ਥਰਡ ਦੇ ਨਾਲ ਮਿਲਾਉਂਦੇ ਹਾਂ, ਇੱਧਰਲੀ ਸਾਈਡ ਵੀ ਕੀ ਹੈ? C2 ਤੇ। ਤਾਂ ਪ੍ਰਤੀਬਿੰਬ ਦੀ ਸਥਿਤੀ ਕਿੱਥੇ ਬਣੇਗੀ? C2 ਦੇ ਉੱਤੇ। ਆਕਾਰ ਕੀ ਹੋਏਗਾ ਜੀ? ਬਰਾਬਰ। ਆਕਾਰ ਕੀ ਹੋਏਗਾ? ਬਰਾਬਰ। ਤੇ ਪ੍ਰਕਿਰਤੀ ਕੀ ਹੋਵੇਗੀ? ਵਾਸਤਵਿਕ ਤੇ ਉਲਟੀ। ਫੋਰਥ ਕੇਸ ਵੇਖਦੇ ਹਾਂ, ਫੋਰਥ 'ਚ ਵਸਤੂ ਕਿੱਥੇ ਰੱਖੀ ਹੈ ਜੀ? C1 ਤੇ F1 ਦੇ ਵਿਚਕਾਰ। ਜੇਕਰ ਵਸਤੂ C1 ਤੇ F1 ਦੇ ਵਿਚਕਾਰ ਹੋਵੇ ਤਾਂ ਉਹਦੀ ਪ੍ਰਤੀਬਿੰਬ ਕਿੱਥੇ ਬਣੇਗਾ ਜੀ? 4 ਨੰਬਰ ਨੂੰ ਵੇਖੋ ਤੁਸੀਂ, ਇਹਨੂੰ 4 ਨਾਲ ਮਿਲਾਓ। ਪ੍ਰਤੀਬਿੰਬ ਕਿੱਥੇ ਬਣੇਗਾ? C2 ਤੇ ਇਨਫਿਨਿਟੀ ਦੇ ਵਿਚਕਾਰ, C2 ਤੇ ਇਨਫਿਨਿਟੀ ਦੇ ਵਿਚਕਾਰ, ਜਾਂ ਫਿਰ ਐਵੇਂ ਕਹਿ ਸਕਦੇ ਹਾਂ C2 ਤੋਂ ਪਰੇ। ਸੋ ਇਨਫਿਨਿਟੀ ਦੇ ਵਿਚਕਾਰ ਨੇ, C2 ਤੋਂ ਪਰੇ ਜਾਂ ਫਿਰ ਦੂਰ। ਪ੍ਰਤੀਬਿੰਬ ਕਿੱਥੇ ਬਣੇਗਾ? C2 ਤੋਂ ਪਰੇ। ਤੇ ਸਾਈਜ਼ ਕੀ ਹੋਏਗਾ? ਵੱਡਾ। ਤੇ ਆਕ੍ਰਿਤੀ ਕੀ ਹੋਏਗੀ ਉਹਦੀ? ਪ੍ਰਕਿਰਤੀ, ਸੋਰੀ, ਉਹ ਹੋਏਗੀ ਵਾਸਤਵਿਕ ਤੇ ਉਲਟੀ। ਇਸੇ ਤਰ੍ਹਾਂ ਪੰਜਵਾਂ ਕੇਸ ਕੀ ਹੈਗਾ? ਜੇਕਰ ਵਸਤੂ ਕਿੱਥੇ ਪਈ ਹੋਵੇ? F1 ਦੇ ਉੱਤੇ, ਫੋਕਸ ਦੇ ਉੱਤੇ ਜੇਕਰ ਵਸਤੂ ਪਈ ਹੋਵੇ। ਪੰਜਵਾਂ ਕੇਸ ਵੇਖਦੇ ਹਾਂ, ਪੰਜਵੇਂ ਨੰਬਰ ਨੂੰ ਆਪਾਂ ਪੰਜਵੇਂ ਨਾਲ ਮਿਲਾਉਣਾ ਹੈ, ਤਾਂ ਪ੍ਰਤੀਬਿੰਬ ਦੀ ਸਥਿਤੀ ਕੀ ਹੋਏਗੀ? ਇਨਫਿਨਿਟੀ ਦੇ ਉੱਤੇ, ਅਨੰਤ ਬਿੰਦੂ 'ਤੇ ਆਉਂਦੀ ਜਿਹੜਾ ਪ੍ਰਤੀਬਿੰਬ ਬਣੇਗਾ। ਅਤੇ ਆਕਾਰ ਕੀ ਹੋਏਗਾ? ਬਹੁਤ ਵੱਡਾ, ਬਹੁਤ ਵੱਡਾ। ਅਤੇ ਪ੍ਰਕਿਰਤੀ ਕੀ ਹੋਵੇਗੀ? ਵਾਸਤਵਿਕ ਅਤੇ ਉਲਟੀ। ਹੁਣ 6ਵਾਂ ਕੇਸ ਕਰਦੇ ਹਾਂ ਆਪਾਂ। ਹਾਂਜੀ, ਨੈਕਸਟ ਹੈਗਾ 6ਵਾਂ ਕੇਸ ਕਰਦੇ ਹਾਂ। ਜੇਕਰ ਵਸਤੂ ਕਿੱਥੇ ਪਈ ਹੋਵੇ? F1 ਤੇ O ਦੇ ਵਿਚਕਾਰ, ਜੇਕਰ ਵਸਤੂ F1 ਅਤੇ O ਦੇ ਵਿਚਕਾਰ ਪਈ ਹੋਵੇ ਤਾਂ ਜਿਹੜੀ ਪ੍ਰਤੀਬਿੰਬ ਦੀ ਸਥਿਤੀ ਕਿੱਥੇ ਬਣੇਗੀ? ਪ੍ਰਤੀਬਿੰਬ ਵੀ ਮੈਂ ਇਸਦੇ ਉੱਤੇ ਹੀ ਬਣਾਉਣਾ ਤੁਸੀਂ 6 ਨੰਬਰ। ਕਹਿਣ ਦਾ ਮਤਲਬ ਪ੍ਰਤੀਬਿੰਬ ਦੀ ਸਥਿਤੀ ਕੀ ਹੋਏਗੀ? ਉਸੇ ਸਾਈਡ ਜਿਸ ਸਾਈਡ ਵਸਤੂ ਹੋਵੇ। ਫਿਰ ਤੋਂ ਰਿਪੀਟ ਕਰ ਦੇਣਾ, 6ਵਾਂ ਕੇਸ ਕੀ ਹੈਗਾ ਸੀ? ਜਦੋਂ ਵਸਤੂ F1 ਅਤੇ O ਦੇ ਵਿਚਕਾਰ ਹੋਵੇ ਤਾਂ ਪ੍ਰਤੀਬਿੰਬ ਕਿੱਥੇ ਬਣੇਗਾ ਜੀ? ਉਸੇ ਸਾਈਡ ਜਿਸੇ ਸਾਈਡ ਵਸਤੂ ਪਈ ਹੋਵੇ। ਅਤੇ ਆਕਾਰ ਕੀ ਹੋਏਗਾ ਜੀ? ਵਸਤੂ ਦਾ ਵੱਡਾ। ਅਤੇ ਪ੍ਰਕਿਰਤੀ ਤੁਸੀਂ ਯਾਦ ਕਰਨੀ ਆ, ਪ੍ਰਕਿਰਤੀ ਕੀ ਹੋ ਜਾਏਗੀ ਜੀ? ਪ੍ਰਕਿਰਤੀ ਇਸ ਟਾਈਮ ਕੀ ਹੋ ਜਾਏਗੀ? ਆਭਾਸੀ ਅਤੇ ਸਿੱਧੀ।
नेचर की होएगा, इमेज दा की होएगा आभासी होएगी ते की बनेगा सीधा बनेगा। फिर तो रिपीट कर देना, सिक्स केस की हैगा सी, जेकर वस्तु एफ वन ते ओ दे विचकार पई होवे, एफ वन ते पॉइंट ओ दे विचकार पई होवे तां वस्तु दा प्रतिबिंब कित्थे बनेगा, उसी साइड बनेगा जिस साइड जिहड़ी वस्तु पई है, साइज की होएगा वड्डा ते जिहड़ी उहदी प्रकृति होएगी उहदा नेचर की होएगा आभासी ते सीधा। फिर तो रिपीट कर देना सारी ट्रिक, ਤੁਸੀਂ ਕੀ ਕਰਨਾ ਹੈ ਕਾਪੀ 'ਤੇ ਬਸ ਦੋ ਤਿੰਨ ਵਾਰ ਇਸ ਤਰ੍ਹਾਂ ਬਣਾ ਕੇ ਵੇਖਣਾ, ਤੁਹਾਨੂੰ ਬਿਲਕੁਲ ਯਾਦ ਹੋ ਜਾਏਗਾ ਜੀ। ਫਸਟ ਕੇਸ ਕੀ ਬਣਦਾ ਹੈ, ਜੇਕਰ ਵਸਤੂ ਅਨੰਤੇ ਪਈ ਹੋਵੇ, ਇਸ ਤਰ੍ਹਾਂ ਤੁਸੀਂ ਨੰਬਰ ਲਾ ਲੈਣਾ ਹੈ, ਅਨੰਤੇ ਪਈ ਹੋਵੇ ਤਾਂ ਕੀ ਬਣੇਗਾ ਉਹਦੀ ਪ੍ਰਤੀਬਿੰਬ ਕਿੱਥੇ ਬਣੇਗੀ, ਐਫ ਟੂ ਦੇ ਉੱਤੇ। ਜੇਕਰ ਵਸਤੂ ਸੀ ਟੂ ਤੋਂ ਪਰੇ ਹੋਵੇ ਸੈਕਿੰਡ ਨੰਬਰ, ਤਾਂ ਪ੍ਰਤੀਬਿੰਬ ਕਿੱਥੇ ਬਣੇਗਾ, ਐਫ ਟੂ ਅਤੇ ਸੀ ਟੂ ਦੇ ਵਿਚਕਾਰ। ਜੇਕਰ ਵਸਤੂ ਸੈਂਟਰ 'ਤੇ ਪਈ ਹੋਵੇ ਤਾਂ ਪ੍ਰਤੀਬਿੰਬ ਕੀ ਕਿੱਥੇ ਬਣੇਗਾ, ਸੈਕਿੰਡ ਸੈਂਟਰ ਦੇ ਉੱਤੇ ਬਣੇਗਾ, ਸਾਈਜ਼ ਕੀ ਹੋਏਗਾ ਬਰਾਬਰ। ਜੇਕਰ ਵਸਤੂ ਸੀ ਵਨ ਅਤੇ ਐਫ ਵਨ ਦੇ ਵਿਚਕਾਰ ਪਈ ਹੋਵੇ ਤਾਂ ਕੀ ਹੈ, ਪ੍ਰਤੀਬਿੰਬ ਕਿੱਥੇ ਬਣੇਗਾ, ਸੀ ਟੂ ਤੋਂ ਪਰੇ। ਪੰਜਵਾਂ ਨੰਬਰ ਸੀ, ਜੇਕਰ ਵਸਤੂ ਫੋਕਸ 'ਤੇ ਪਈ ਹੋਵੇ ਤਾਂ ਪ੍ਰਤੀਬਿੰਬ ਕਿੱਥੇ ਬਣੇਗਾ, ਇਨਫਿਨਿਟੀ 'ਤੇ ਬਹੁਤ ਵੱਡਾ, ਵਾਸਤਵਿਕ 'ਤੇ ਉਲਟਾ। ਅਤੇ ਛੇਵਾਂ ਕੇਸ ਹੈਗਾ ਸੀ, ਜੇਕਰ ਵਸਤੂ ਐਫ ਵਨ ਅਤੇ ਓ ਦੇ ਵਿਚਕਾਰ ਪਈ ਹੋਵੇ ਤਾਂ ਕੀ ਹੈ, ਪ੍ਰਤੀਬਿੰਬ ਕਿੱਥੇ ਬਣੇਗਾ, ਉਸੇ ਸਾਈਡ ਬਣੇਗਾ ਜਿਸ ਸਾਈਡ ਵਸਤੂ ਜਿਹੜੀ ਪਈ ਹੋਵੇ, ਸਾਈਜ਼ ਸਾਈਜ਼ ਵੱਡਾ ਹੋਵੇਗਾ ਅਤੇ ਪ੍ਰਕਿਰਤੀ ਕੀ ਹੋਵੇਗੀ, ਆਭਾਸੀ ਅਤੇ ਸਿੱਧੀ। ਹਾਂਜੀ, ਆਹ ਟ੍ਰਿਕ ਹੈਗੀ ਸੀ ਉੱਤਰ ਲੈਣ ਦੇ ਨਾਲ ਬਣੇ ਪ੍ਰਤੀਬਿੰਬ ਦੀ। ਹਾਂਜੀ, ਜੇਕਰ ਤੁਹਾਨੂੰ ਆਹ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਨਾਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ, ਟ੍ਰਿਕ ਤੁਹਾਨੂੰ ਯਾਦ ਹੋਈ ਹੈ ਜਾਂ ਨਹੀਂ ਹੋਈ। ਜੇਕਰ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਹਾਂਜੀ, ਮਿਲਦੇ ਹਾਂ ਨੈਕਸਟ ਵੀਡੀਓ 'ਚ, ਉਦੋਂ ਤੱਕ ਦੇ ਲਈ ਟੇਕ ਕੇਅਰ।